ਅਸੀਂ ਪਹੁੰਚੇ ਹਾਂ ਕੋਟ ਲਖਪਤ ਦੇ ਵਿੱਚ, ਜਿਹੜਾ ਗੁਰਦੁਆਰਾ ਹੈ, ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ ਸਾਹਿਬ। ਇਹ ਲਖਪਤ ਸਾਹਿਬ ਦੇ ਵਿੱਚ ਗੁਰਦੁਆਰਾ ਹੈ ਜਿਹਦਾ ਨਾਮ ਅਸਲ ਵਿੱਚ ਕੋਟ ਲਖਪਤ ਹੈ। ਇਹ ਕੋਟ ਲਖਪਤ ਇੱਕ ਸ਼ਹਿਰ ਹੈ ਜਿਹੜਾ ਬਿਲਕੁਲ ਭਾਰਤ ਅਤੇ ਪਾਕਿਸਤਾਨ ਦੇ ਬਾਰਡਰ ਦੇ ਨਾਲ ਹੈ। ਤੁਸੀਂ ਦੂਰੋਂ ਦੇਖ ਸਕਦੇ ਹੋ, ਇਹਦੇ ਆਲੇ ਦੁਆਲੇ ਇੱਕ ਉੱਚੀ ਦੀਵਾਰ ਹੈ ਜਿਹੜੀ ਇਸ ਸ਼ਹਿਰ ਨੂੰ ਪ੍ਰੋਟੈਕਟ ਕਰਦੀ ਸੀ। ਇਹ ਸ਼ਹਿਰ 11ਵੀਂ ਸਦੀ ਦੇ ਵਿੱਚ ਰਾਏ ਲੱਖਾਂ ਨੇ ਫੋਰਮ ਕੀਤਾ ਸੀ, ਔਰ ਰਾਏ ਲੱਖਾਂ ਨੇ ਇਸ ਨੂੰ ਇੱਕ ਵੱਡੇ ਕਿਲ੍ਹੇ ਦੀ ਤਰ੍ਹਾਂ ਉਸਾਰਿਆ ਸੀ ਅਤੇ ਸਾਰੀ ਆਬਾਦੀ ਇਸ ਕਿਲ੍ਹੇ ਦੇ ਅੰਦਰ ਵਿੱਚ ਰਹਿੰਦੀ ਸੀ। ਉਸ ਵੇਲੇ ਕਿਹਾ ਜਾਂਦਾ ਹੈ ਕਿ ਇਹਦੇ ਵਿੱਚ 15 ਤੋਂ 20 ਹਜ਼ਾਰ ਦੀ ਆਬਾਦੀ ਸੀ। ਉਦੋਂ ਤੋਂ ਲੈ ਕੇ ਇਹ 18ਵੀਂ ਸਦੀ ਤੱਕ ਇੱਕ ਬੜਾ ਪ੍ਰੋਸਪਰਸ ਟਾਊਨ ਰਿਹਾ। ਇਹ ਇੱਕ ਵੱਡੀ ਪੋਰਟ ਹੁੰਦੀ ਸੀ ਜਿੱਥੋਂ ਅਰਬ ਦੇਸ਼ਾਂ ਨਾਲ ਵਪਾਰ ਹੁੰਦਾ ਸੀ। ਇਸ ਜਗ੍ਹਾ ਦੇ ਉੱਤੇ ਗੁਰੂ ਨਾਨਕ ਸਾਹਿਬ ਜਦੋਂ ਦੱਖਣ ਦੀ ਉਦਾਸੀ ਤੋਂ ਆਏ ਸਨ, ਸੰਗਲਾ ਦੀਪ ਤੋਂ ਹੋ ਕੇ, ਸ਼੍ਰੀ ਲੰਕਾ ਤੋਂ ਹੋ ਕੇ, ਅਤੇ ਉਦੋਂ ਇੱਥੋਂ ਲੰਘ ਕੇ ਅਤੇ ਵਾਪਸ ਗਏ ਸਨ। ਅਤੇ ਦੂਜੀ ਵਾਰੀ ਇੱਥੋਂ ਦੀ ਰਵਾਇਤ ਹੈ ਕਿ ਇੱਥੋਂ ਆ ਕੇ, ਚੁੱਕੇ ਇਹ ਪੋਰਟ ਸੀ ਇੱਥੋਂ ਦੀ ਬੜੀ ਵੱਡੀ, ਇੱਥੋਂ ਉਹਨਾਂ ਨੇ ਕਿਸ਼ਤੀ ਪਕੜੀ ਸੀ ਅਰਬ ਦੇਸ਼ਾਂ ਦੇ ਵਿੱਚ ਜਾਣ ਲਈ। ਇਹ ਜਿਹੜਾ ਗੁਰਦੁਆਰਾ ਅਸੀਂ ਦੇਖ ਰਹੇ ਹਾਂ, ਇਹ ਤਕਰੀਬਨ 200 ਸਾਲ ਪਹਿਲਾਂ ਇਹਨੂੰ ਬਣਾਇਆ ਗਿਆ ਸੀ। ਜਿਹੜਾ ਕਿ ਹਿਸਾਬ ਦੇ ਨਾਲ ਦੇਖੀਏ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਜਿਹੜਾ ਸੀ ਉਹਦੇ ਦੌਰਾਨ ਇਹ ਬਣਿਆ ਸੀ। ਉਦੋਂ ਤੋਂ ਲੈ ਕੇ ਇਹਨਾਂ ਦਾ ਪ੍ਰਬੰਧ ਜਿਹੜਾ ਹੈ ਉਹ ਉਦਾਸੀ ਸਾਧੂਆਂ ਕੋਲ ਰਿਹਾ ਹੈ। ਉਸ ਤੋਂ ਪਹਿਲਾਂ ਇੱਥੇ ਕੋਈ ਗੁਰਦੁਆਰਾ ਨਹੀਂ ਸੀ ਹੁੰਦਾ। ਇਹੀ ਇਤਿਹਾਸ ਸਾਨੂੰ ਹੁਣ ਤੱਕ ਮਿਲ ਸਕਿਆ ਹੈ ਕਿ 200 ਸਾਲ ਪੁਰਾਣੀ ਬਿਲਡਿੰਗ ਹੈ ਔਰ ਅੱਜ ਵੀ ਇਹ ਪ੍ਰੋਟੈਕਟਿਡ ਬਿਲਡਿੰਗ ਹੈ। ਇਹਦੇ ਵਿੱਚ ਹੀ ਅੱਜ ਵੀ ਗੁਰਦੁਆਰਾ ਫੰਕਸ਼ਨ ਕਰ ਰਿਹਾ। ਹੁਣ ਅਸੀਂ ਅੰਦਰ ਜਾਵਾਂਗੇ ਅਤੇ ਫਿਰ ਆਪ ਦੇਖੋਗੇ ਕਿ ਬੜੀ ਸ਼ਾਨਦਾਰ ਪੱਕੀ ਬਿਲਡਿੰਗ ਬਣੀ ਹੋਈ ਹੈ ਜਿੱਥੇ ਅੱਜ ਵੀ ਗੁਰਦੁਆਰੇ ਦੇ ਪ੍ਰੋਗਰਾਮ ਉਸੇ ਤਰ੍ਹਾਂ ਹੀ ਚੱਲ ਰਹੇ ਹਨ। ਤੋ ਇਹ ਸਾਰਾ ਜੋ ਇੰਤਜ਼ਾਮ ਪਹਿਲਾਂ ਉਦਾਸੀ ਸਾਧੂਆਂ ਕੋਲ ਸੀ, ਹੁਣ ਇੱਕ ਲੋਕਲ ਕਮੇਟੀ ਜਿਹੜੀ ਹੈ ਉਹ ਇੱਥੇ ਪ੍ਰਬੰਧ ਕਰ ਰਹੀ ਹੈ ਜੀ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਭਉ ਗੁਰਪ੍ਰਸਾਦ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਤਿਲੰਗ ਮਹਿਲਾ ਚੌਥਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੇ ਗੁਰ ਆਪਣੇ ਗੁਰ ਕੋ ਬਲ ਜਾਈਆਂ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਓ ਹਰ ਕੇ ਗੁਣ ਹਰ ਪਾਵਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਪਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕੋ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਏ ਗੁਰਮੁਖ ਨਿਸਤਾਰਾ ਜੋ ਹਰ ਨਾਮ ਧਿਆਏਂਦੇ ਤੇ ਜਨ ਪਰਵਾਨਾ ਤਿਨ ਮਿਟੋ ਨਾਨਕ ਮਾਰਿਆ ਸਦਾ ਸਦਾ ਕੁਰਬਾਨਾ ਸਾਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਬਾਵੇ ਜੋ ਗੁਰਮੁਖ ਪਿਆਰਾ ਸੇਵਦੇ ਤਿਨ ਹਰ ਫਲ ਪਾਵੇ ਜਿੰਨਾ ਹਰ ਸੇਤੀ ਪਿਰਹੜੀ ਤਿੰਨਾ ਜੀ ਪ੍ਰਭ ਨ ਲੇ ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸਮਾਵੇ ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਘੁੰਮ ਜਾਇਆ ਓਏ ਆਪ ਛੁੱਟੇ ਪਰਿਵਾਰ ਸਿਓ ਸਭ ਜਗਤ ਛਡਾਇਆ ਗੁਰ ਪਿਆਰੇ ਹਰ ਸੇਵੀਏ
हर तन गुर तनो गुर हर मार्ग दसिया गुर पुन वड पुनो जो गुर सिख गुर सेव दे से पुन प्राणी जन नानक तिन को वारिया सदा सदा कुर्बानी गुरमुख सखी सहेलिया सो आप भाइया से आप हर पाइया हर दरगे पहनाइया हर आप गल लाइया जो गुरमुख नाम ते आए दे तिन दर्शन दिजे हम तिन के चरण पखाल दे धूड़ कोल कोल पीजे पान सुपारी खातियां मुख बीणियां लाइया हर हर कदे न चेते ओ जन पकड़ चलाइया जिन हर नामा हर चेते आ हर हृदय उधारे तिन जमने नावे गुर सिख गुर प्यारे हर का नाम निधार है कोई गुरमुख जाने नानक जिन सतगुर पेटिया रंग रलिया माने सतगुर दाता आखिए तुस करे फसाओ हाँ गुर विटो सदवारिया जिन दितड़ा नाओ सो तन गुरु साबास है हर दे सनेहा हाँ वेख वेख गुर विकसया गुर सतगुर देहा गुर रसना अमृत बोल दी हर नाम सुहावी जिन सुन सिखा गुर मन्या तिन्ना भुख सब जावी हर का मार्ग आखिए को कित बिद जाइए हर हर तेरा नाम है हर खर्च ले जाइए जिन गुरमुख नाम आराध्या से शावड दाने हाँ सतगुर को सदवारे गुर बचन समाने तू ठाकुर तू साहेबो तू है मेरा मीरा तुद पावे तेरी बंदगी तू गुणी गहीरा आपे हर एक रंग है आपे वो रंगी जो तिस पावे नानका साई गल चंगी तू ठाकुर तू साहेबो तू है मेरा मीरा तुद पावे तेरी बंदगी तू गुणी गहीरा हर आपे हर एक रंग है आपे बुरंगी जो तिस पावे नानका साई गल चंगी वाहिगुरु जी का खालसा वाहिगुरु जी की फतेह। पिछे जी लंगर तैयार है जिन्हें छकना हो छक लो भाई साहब तैयार कर दे सब आपा उधर चलते हैं अरदास करवानियों को दास आप खुद करिए ना करवानी किससे आपकी जैसी आती है आप करो सब सुनेंगे भगवान जितना आपके अंदर है उतना मेरे अंदर है किसी और के सबके अंदर वही आपका सुनने आए हैं ना आप खुद आएंगे गुरु की बात सुनने वो अपनी आपकी पर्सनल बात सुनेंगे दसा पातशाह की आखिरी जोत श्री गुरु ग्रंथ साहिब जी के पाद शुद्ध गाय दा ध्यान करके बोलो जी वाहेगुरु सही प्यारे मिलो जिन्हें मिलया तेरा नाम चितावे आनंद नाम चढ़ती करावे तेरे पाणी सरबत आपला वाहेगुरु जी का खालसा वाहेगुरु जी की फतेह। ਪਿੱਛੇ ਇੱਕ ਹਾਲ ਬਣਿਆ ਵੱਡਾ ਇਹ ਪੌੜੀ ਜਾਂਦੀ ਛੱਤ ਤੇ ਤੁਸੀਂ ਕਿਹੜੀ ਥਾਂ ਤੋਂ ਹੈਗੇ ਹੋ ਅਸੀਂ ਲੋਕਲ ਇੱਧਰ ਦੇ ਅੱਛਾ ਇੱਧਰ ਦੇ ਅੱਛਾ ਨਹੀਂ ਇੱਥੋਂ 50 ਕਿਲੋਮੀਟਰ ਆਪਣਾ ਪਿੰਡ ਹੈ ਅੱਛਾ ਕਿਹੜਾ ਨਰਾ ਪਿੰਡ ਅੱਜ ਫਿਰ ਦੇ ਅੱਛਾ ਹਾਂ ਜੀ ਆਪਾਂ ਉਧਰ ਹੀ ਆ ਗਏ ਸੀ ਲੰਗਰ ਹਾਲ ਇਹ ਹੈ ਜੀ ਪੁਰਾਣਾ ਗੁਰਦੁਆਰਾ ਸਾਹਿਬ ਇਹ ਹੈਗਾ ਨਵਾਂ
ਇਹ ਗੁਰਦੁਆਰਾ ਸਾਹਿਬ ਦੇ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਸੈਕਟਰੀ ਕੈਸ਼ੀਅਰ ਦੇ ਉਹਨਾਂ ਦੇ ਨੰਬਰ ਲਿਖੇ ਹੋਏ ਨੇ ਤੇ ਇੱਧਰ ਆਪਾਂ ਹੁਣ ਵੇਖਦੇ ਹਾਂ ਇੱਥੇ ਸਰਟੀਫਿਕੇਟ ਹੈਗਾ ਜਿਹੜਾ ਕਿ ਗੁਰਦੁਆਰਾ ਸਾਹਿਬ ਹੈਰੀਟੇਜ ਬਿਲਡਿੰਗ ਦਾ ਅਵਾਰਡ ਆਫ ਡਿਸਟਿੰਕਸ਼ਨ